हां जी तालियां तूलियां तो लगा दो परिवार, तुम ब्याह में आया भी बड़ी एक बार खुल के तालियां लगा दो, पता लगना चाहिए तुम ब्याह में आया। और थैंक यू सो मच, वाह थैंक यू जिन्होंने तालियां लगाई उन्होंने शुक्रिया, जिन्होंने तालियां नहीं लगाई उन्होंने भी शुक्रिया। सच्ची गल है जी। सो एक बार फिर तो डीजे बीट 99 ते दिल तो शुक्र गुजार कर दे तुम्हारे सारे का, कहते जिथे लाइए दिल तो लाइए कि वक्त तो गुजारी नहीं की। जैलदार साहब जमाना टाइम पास का चल रहा, सच्ची गल है, टाइम पास नहीं करना चाहिए, जिथे लानी है ना दिलो लाया करो, उत्तों वाला काम माड़ा है जी। हां जी कि जिथे लाइए दिल तो लाइए कि वक्त तो गुजारी नहीं की, कि सानू मतलब नाल भी मतलब नहीं मतलब दी यारी नहीं की। तगड़े नूं ललकार दे रहे हां, तगड़ी नूं ललकार दे रहे हां, माड़ी नाल माड़ी नहीं कीती, जिदे नाल जो बह के खा लिया फिर दे नाल गद्दारी नहीं कीती, फिर दे नाल गद्दारी नहीं कीती। वाह जी वाह क्या बात है। सो सियाणे कहंदे आ कि जेड़ी थाली विच खाई दा उच शिंदा नहीं जी पाई दा, मैनूं हासा तां आ गया, कहंदे इस वार शर मैं नहीं बोलना शर तुसीं बोलना, तां तुसीं ना विच गैप दे रखणा, मैं विच वाह जी वाह करूंगा। ਹੁਣ ਸਾਨੂੰ ਵੀ ਟਾਈਮ ਚਾਹੀਦਾ ਰਾਧਿਕਾ ਜੀ ਮਾੜਾ ਮੋਟਾ ਵਾਜ ਲਾ ਕੇ ਇਹਨੂੰ ਹਾਂਜੀ ਹੱਥ ਕਰਾਈ ਜਾਂਦਾ ਹੈ। ਸੋ ਸਿਆਣੇ ਕਹਿੰਦੇ ਆ ਕਿ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ, ਹੱਸਣਾ ਤਾਂ ਮਨ ਦਾ ਚਾਵਾ ਜੀ ਵਧੀਆ ਹੁੰਦਾ ਹੱਸਣਾ ਤਾਂ, ਹਾਂਜੀ ਕਿ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ, ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ। ਸੋ ਹੱਸਦੇ ਰਿਹਾ ਕਰੋ ਕਿਉਂਕਿ ਹੱਸਦਿਆਂ ਦੇ ਘਰ ਵੱਸਦੇ ਨੇ। ਕਹਿੰਦੇ ਬਹੁਤਾ ਪਿਆਰ ਜਿਤਾਵਣ ਜਿਹੜੇ ਡੰਗਣ ਵਾਲੇ ਹੁੰਦੇ ਨੇ, ਗੌਰ ਫਰਮਾਇਓ ਜਿਹੜੇ ਜਿਆਦਾ ਮਿੱਠਾ ਬੋਲਦੇ ਨਾ ਉਹ ਪੱਕਾ ਕੋਈ ਨਾ ਕੋਈ ਪਿੱਠ ਪਿੱਛੇ ਸਾਜਿਸ਼ਾਂ ਰਚ ਰਹੇ ਹੁੰਦੇ ਨੇ, ਕਿ ਬਹੁਤਾ ਪਿਆਰ ਜਿਤਾਵਣ ਜਿਹੜੇ ਡੰਗਣ ਵਾਲੇ ਹੁੰਦੇ ਨੇ, ਸੋਹਣੀਆਂ ਸੋਹਣੀਆਂ ਸ਼ਕਲਾਂ ਵਾਲੇ ਅੰਦਰੋਂ ਕਾਲੇ ਹੁੰਦੇ ਨੇ, ਹਾਏ ਦਿਲ ਦੇ ਕਾਲੇ ਹੁੰਦੇ ਨੇ। ਹਾਂਜੀ ਇੱਕ ਮਿੰਟ ਰਾਧਿਕਾ ਜੀ, ਸੋ ਪਰਿਵਾਰ ਵੱਲੋਂ ਇੱਕ ਜ਼ਰੂਰੀ ਅਨਾਊਂਸਮੈਂਟ ਆ ਜੀ, ਸਾਡੇ ਬਜ਼ੁਰਗ ਦਾ ਵੱਡੇ ਭਰਾ ਦਾ ਪਰਸ ਗਵਾਚ ਗਿਆ ਜੀ। ਸੋ ਬੇਨਤੀ ਹੈ ਗੁਜ਼ਾਰਿਸ਼ ਹੈ ਦੋਨਾਂ ਪਰਿਵਾਰਾਂ ਨੂੰ ਜੇ ਕਿਸੇ ਨੂੰ ਮਿਲਿਆ ਹੋਵੇ ਸੋ ਉਹਨਾਂ ਦੇ ਵਿੱਚ ਉਹਨਾਂ ਦੇ ਜ਼ਰੂਰੀ ਕਾਗਜ਼ ਪੱਤਰ ਨੇ ਡਾਕੂਮੈਂਟ ਨੇ, ਸੋ ਪਲੀਜ਼ ਜਿਨ੍ਹਾਂ ਨੂੰ ਮਿਲਿਆ ਹੋਵੇ ਸਾਡੇ ਕੋਲ ਸਟੇਜ ਤੇ ਪਹੁੰਚਦਾ ਕਰ ਦੇਵੇ। ਥੈਂਕ ਯੂ। ਸੋ ਹੰਬਲ ਰਿਕੁਐਸਟ ਜੀ ਹੁਣ ਬਾਕੀ ਦਾ ਅਸੀਂ ਇਨਾਮ ਦੇ ਕੇ ਤੋਰਾਂਗੇ। ਇਮਾਨਦਾਰੀ ਸਭ ਤੋਂ ਵੱਡੀ ਪਾਲਿਸੀ ਹੈ ਜੀ, ਕਿਉਂਕਿ ਸਾਹ ਵੀ ਉਧਾਰੇ ਮਿਲੇ ਪਤਾ ਨਹੀਂ ਸਾਹ ਕਦੋਂ ਗੁਆਚ ਜਾਣੇ, ਜੇ ਇਮਾਨਦਾਰੀ ਦਿਖਾਉਂਦੇ ਤਾਂ ਰੱਬ ਵੀ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਦਊਗਾ। ਸੋ ਪਲੀਜ਼ ਜਿਸ ਕਿਸੇ ਨੂੰ ਵੀ ਉਹ ਪਰਸ ਬਟੂਆ ਮਿਲਦਾ ਹੈ ਆ ਕੇ ਸਾਡੇ ਡੀਜੇ ਵਾਲੇ ਬਾਬੂ ਨੂੰ ਕਲੈਕਟ ਕਰਵਾ ਦਿਓ, ਤਾਂ ਜੋ ਅਸੀਂ ਜਿਨ੍ਹਾਂ ਦਾ ਸਮਾਨ ਹੈਗਾ ਉਹਨਾਂ ਨੂੰ ਦੇ ਸਕੀਏ। ਸੋ ਇੰਜੋਏ ਦਾ ਨੈਕਸਟ ਬਿਊਟੀਫੁਲ ਲਾਈਵ ਪਰਫਾਰਮੈਂਸ, ਦਿਲ ਉੱਚ ਚੂ ਕਰਦਾ ਸਾਡੇ ਸਦੀਕ ਬਾਈ ਜੀ, ਸਦੀਕ ਬਾਈ ਚਹਿਲ ਵਾਲੇ, ਹਾਂਜੀ ਬੀਟ 99 ਦੇ ਪਾਤਸ਼ਾਹ ਵਾਲੇ, ਸਾਰੇ ਨੇ ਮੇਲ ਲੀਤੇ, ਦਿਲ ਉੱਚ ਉੱਚ ਕਰਦਾ। ਹਾਂਜੀ ਚਾਚਾ ਜੀ ਸੁਖਦੀਪ ਸਿੰਘ ਜੀ।